ਸਤਿ ਸ੍ਰੀ ਅਕਾਲ ਜੀ, ਮੈਂ ਮਨਪ੍ਰੀਤ ਸਿੰਘ JS ਐਗਰੀਕਲਚਰ ਤੋਂ। ਹਾਂਜੀ ਕਿਸਾਨ ਭਰਾਵੋ, ਜਿਹੜੀ ਅੱਜ ਆਪਾਂ ਨਵੀਂ ਵੀਡੀਓ ਬਣਾ ਰਹੇ ਹਾਂ, ਇਹ 2024 ਮਾਡਲ ਕੱਚੇ ਰੀਪਰ ਦੀ ਹੈ, ਜੋ ਆਪਣੇ ਕੋਲ ਦੋ ਮਾਡਲਾਂ ਦੇ ਵਿੱਚ ਅਵੇਲੇਬਲ ਹੈ, ਲਾਈਟ ਵੇਟ ਹੈਵੀ ਵੇਟ। ਇਹ ਲਾਈਟ ਵੇਟ ਰੀਪਰ ਆ ਕਿਸਾਨ ਭਰਾਵੋ, ਇਹ 40 ਹੋਰਸ ਪਾਵਰ ਤੋਂ ਲੈ ਕੇ ਆਪਣਾ 30 ਹੋਰਸ ਪਾਵਰ ਤੋਂ ਲੈ ਕੇ ਤਕਰੀਬਨ 50 ਹੋਰਸ ਪਾਵਰ ਤੱਕ ਚੱਲਦਾ ਨੋਰਮਲ ਟਰੈਕਟਰਾਂ ਦੇ। ਇਹਦੇ ਵਿੱਚ ਜੇ ਡਾਟੀ ਦੀ ਗੱਲ ਕਰੀ ਜਾਵੇ, ਸਭ ਤੋਂ ਪਹਿਲਾਂ 2-in-1 ਪੁਆਇੰਟ ਆ। ਇਹਦੇ ਵਿੱਚ ਗੰਡਾਸੇ ਵੀ ਕਸੇ ਜਾਂਦੇ ਨੇ ਤੇ ਛੁਰੀਆਂ ਵੀ ਕਸੇ, ਦੋਨੋਂ ਆਪਸ਼ਨ ਨੇ। ਜੇ ਗੇਅਰ ਦੀ ਬੋਡੀ ਹੈਵੀ ਡਿਊਟੀ ਗੇਅਰ ਆ, 11 ਨੰਬਰ ਸ਼ਾਫਟ ਵਾਲਾ, ਸਟੀਲੀ ਬਾਡੀ, ਸਟੀਲੀਆਂ ਗਰਾਰੀਆਂ ਵਾਲਾ, ਸਾਰਾ ਲੋਹਾ ਇਹਦੇ ਵਿੱਚ ਟਾਟਾ ਦੀ ਚੱਦਰ ਦਾ ਲਗਾਇਆ ਗਿਆ। ਤੇ ਸਭ ਤੋਂ ਮੇਨ ਗੱਲ, ਜਿਹੜੀ ਆਪਣੀ ਘਸਾਈ ਵਾਲੀ ਪੱਤੀ ਹੁੰਦੀ ਆ, ਜਿਹੜੀ ਇਹ ਆਪਣੀ ਘਸਾਈ ਵਾਲੀ ਪੱਤੀ ਹੁੰਦੀ ਆ, ਜਿਹੜੀ ਆਮ ਆਪਾਂ ਨੂੰ ਮੰਗ ਕਰਦੇ ਵੀ ਘਾਸਿਆਂ ਦੇ, ਆਪਾਂ ਨੇ ਪੂਰੀ 10 mm ਦੀ ਲਾਈ ਹੈ ਵੀਰੇ, 10 mm ਦੀ ਵੀ ਛੇਤੀ ਘਸੂਗੀ ਨੀ। ਦੇਖੋ ਚੀਜ਼ ਤਾਂ ਕੋਈ ਵੀ ਘਸਦੀ ਆ, ਪਰ ਇੰਨੀ ਛੇਤੀ ਨੀ। ਆਮ ਤਕਰੀਬਨ ਆਪਾਂ ਦੇਖਦੇ ਹਾਂ 4 mm 5 mm ਦੀ ਲੱਗੇ ਆ। ਤੇ ਬਾਕੀ ਜੇ ਬਾਡੀ ਦੀ ਗੱਲ ਕਰੀ ਜਾਏ, ਪੂਰੀ ਬਾਡੀ ਹੈਵੀ ਡਿਊਟੀ ਆ, ਦਾਤੀ ਨੂੰ ਵੀ ਪੂਰੀ ਵਿੱਚ ਦੇਖੋ ਸਪੋਰਟ ਲਗਾਈ ਗਈ ਹੈ, ਪੂਰੀ ਦਾਤੀ ਨੂੰ ਪੂਰੀ ਸਪੋਰਟ ਲਾਈ ਗਈ ਆ। ਤੇ ਮਗਰ ਵੀ ਚਾਦਰ ਲਾਈ ਗਈ ਵੀ ਤਾਂ ਜੋ ਕਿਸਾਨ ਭਰਾ ਤੇ ਕੋਈ ਧੂੜ ਘੱਟਾ ਜਾਂ ਕੋਈ ਡਲਾ ਡੋਲਾ ਕੁਛ ਨਾ ਵੱਜੇ। ਮਗਰ ਆਪਾਂ ਨੇ ਚਾਦਰ ਲਾਤੀ, ਪਹਿਲਾਂ ਵੀ ਮਾਡਲਾਂ ਵਿੱਚ ਕੋਈ ਚਾਦਰ ਨਹੀਂ ਆਉਂਦੀ ਸੀ, ਇਸ ਵਾਰ 2024 ਮਾਡਲ ਦੇ ਵਿੱਚ ਆਪਾਂ ਨੇ ਚਾਦਰ ਲਗਾਇਆ। ਤੇ ਵਧੀਆ ਭਾਰੀ ਕ੍ਰੋਸ ਕੀਤਾ ਚੂੜੀ ਵਾਲੇ ਰੀਪਰ ਦਾ ਵੱਡਾ। ਤੇ ਬਾਕੀ ਤੁਹਾਨੂੰ ਕਿਵੇਂ ਦਾ ਲੱਗਿਆ ਆਪਣਾ ਰੀਪਰ ਕਿਸਾਨ ਭਰਾਵੋ? ਬਾਕੀ ਜੇ ਤੁਸੀਂ ਆਪਣੇ ਮਾਡਲ ਅਨੁਸਾਰ ਬਣਵਾਉਣਾ ਚਾਹੁੰਦੇ, ਆਪਦੇ ਕੋਈ ਸੋਧ ਕਰਵਾਉਣੀ ਚਾਹੁੰਦੇ, ਕੋਈ ਅਲੱਗ ਜਿਹਾ ਮਾਡਲ ਬਣਵਾਉਣਾ ਚਾਹੁੰਦੇ, ਆਪਾਂ ਆਰਡਰ ਤੇ ਤਿਆਰ ਕਰਕੇ ਦੇਵਾਂਗੇ। ਲਾਈਟ ਵੇਟ ਆਲ ਇੰਡੀਆ ਆਪਣੀ ਡਿਲੀਵਰੀ ਹੈ, ਕਿਤੇ ਵੀ ਬੈਠੇ ਤੁਸੀਂ ਮੰਗਵਾ ਸਕਦੇ ਹੋ। ਤੇ ਇਹ ਕਿਵੇਂ ਲੱਗਿਆ ਸਾਡੀ ਵੀਡੀਓ ਨੂੰ ਸ਼ੇਅਰ ਕਰ ਦੇਣਾ, ਕਮੈਂਟ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਬਾਕੀ ਹੋਰ ਵੀ ਕੋਈ ਜੇ ਚੀਜ਼ ਦੀ ਜਾਣਕਾਰੀ ਲੈਣੀ ਚਾਹੁੰਦੇ, ਆਪਣੇ ਸਕਰੀਨ ਦੇ ਵਿੱਚ ਨੰਬਰ ਦਿੱਤੇ ਗਏ ਨੇ, ਇਹਨਾਂ ਨੰਬਰਾਂ ਤੇ ਕਾਲ ਕਰਕੇ ਸਾਡੇ ਤੋਂ ਜਾਣਕਾਰੀ, ਕੰਟੈਕਟ ਕਰਕੇ ਰੇਟ ਵੇਟ ਸਭ ਕੁਝ ਪਤਾ ਕਰ ਸਕਦੇ ਹੋ। ਧੰਨਵਾਦ ਜੀ।